ਇੰਡੀਅਨ ਟਾਈਮਜ਼ ਜਿਹੜੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਰਾਮ ਜਨਮ ਭੂਮੀ ਵਿਵਾਦ ਉੱਤੇ ਸੁਣਵਾਈ ਦੇ ਲਈ ਸੁਪਰੀਮ ਕੋਰਟ ਨੇ 8 ਫਰਵਰੀ 2018 ਦੀ ਤਾਰੀਖ ਮੁਕਰਰ ਕੀਤੀ ਹੈ। ਸੁੰਨੀ ਵਕਫ ਬੋਰਡ ਨੇ ਸੁਪਰੀਮ ਕੋਰਟ ਨੂੰ ਅਨੁਰੋਧ ਕੀਤਾ ਸੀ ਕਿ ਉਹ ਇਸ ਅਯੋਧਿਆ ਮਾਮਲੇ ਉੱਤੇ ਸੁਣਵਾਈ ਨੂੰ ਜੁਲਾਈ 2019 ਤੱਕ ਦੇ ਲਈ ਟਾਲ ਦੇਣ, ਜਦ ਅਗਲਾ ਲੋਕ ਸਭਾ ਚੁਣਾਵ ਖਤਮ ਹੋ ਜਾਵੇਗਾ। ਸਾਈਕਲੋਨ ਓਖੀ ਦੀ ਵਜ੍ਹਾ ਤੋਂ ਮੰਗਲਵਾਰ ਨੂੰ ਵੀ ਮੁੰਬਈ ਸਹਿਤ ਪੂਰੇ ਤੱਟੀ ਮਹਾਰਾਸ਼ਟਰ ਵਿੱਚ ਬਾਰਿਸ਼ ਦਾ ਗਿਰਨਾ ਜਾਰੀ ਰਿਹਾ। ਇਸ ਵਿੱਚ ਇੰਡੀਅਨ ਕੋਸਟ ਗਾਰਡ ਨੇ ਗਾਇਬ ਮਛੁਆਰੇ ਦੇ ਲਈ ਤੂਫਾਨੀ ਅਰੇਬੀਅਨ ਸੀ ਵਿੱਚ ਇੰਟਰਨੈਸ਼ਨਲ ਲੁਕਆਊਟ ਦੀ ਘੋਸ਼ਣਾ ਕਰ ਦਿੱਤੀ ਹੈ। ਮੁੰਬਈ ਵਿੱਚ 70 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ, ਜੋ ਕਿ ਪੂਰੇ ਦਸ਼ਕ ਵਿੱਚ ਦਸੰਬਰ ਵਿੱਚ ਹੋਈ ਸਭ ਤੋਂ ਜ਼ਿਆਦਾ ਬਾਰਿਸ਼ ਹੈ। ਭਾਰਤ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਚੱਲ ਰਿਹਾ ਤੀਜਾ ਅਤੇ ਆਖਰੀ ਟੈਸਟ ਦੇ ਚੌਥੇ ਦਿਨ ਸ਼੍ਰੀਲੰਕਾ ਨੂੰ 410 ਰਨਾਂ ਦਾ ਲਕਸ਼ ਦਿੱਤਾ ਅਤੇ ਦਿਨ ਖਤਮ ਹੋਣ ਤੱਕ 31 ਰਨ ਦੇ ਕੇ ਉਹਨਾਂ ਦੇ 3 ਵਿਕਟ ਆਊਟ ਕਰ ਦਿੱਤੇ। ਹਵਾ ਪ੍ਰਦੂਸ਼ਣ ਦਾ ਸਤਰ ਬਹੁਤ ਖਰਾਬ ਸੀ ਅਤੇ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਨੂੰ ਵੋਮਿਟਿੰਗ ਦੀ ਵਜ੍ਹਾ ਤੋਂ ਮੈਦਾਨ ਤੋਂ ਬਾਹਰ ਜਾਣਾ ਪਿਆ। ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੂੰ ਬੀਜੇਪੀ ਸ਼ਾਸਿਤ ਮਹਾਰਾਸ਼ਟਰ ਦੀ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਦੀ ਕਾਂਗਰਸ ਨੇ ਆਲੋਚਨਾ ਕੀਤੀ ਹੈ। ਉਹ ਲੋਕ ਬੀਜੇਪੀ ਸਰਕਾਰ ਦੀ ਅਸੰਵੇਦਨਸ਼ੀਲ ਨੀਤੀਆਂ ਦੇ ਖਿਲਾਫ਼ ਵਿਰੋਧ ਕਰ ਰਹੇ ਸਨ। ਕਾਂਗਰਸ ਨੇ ਰਾਜ ਸਰਕਾਰ ਦੁਆਰਾ ਕਿਸਾਨਾਂ ਨੂੰ ਦਿੱਤੀ ਗਈ ਕਰਜ਼ ਮਾਫ਼ੀ ਨੂੰ ਇੱਕ ਭੱਦਾ ਮਜ਼ਾਕ ਦੱਸਿਆ। ਬੀਜੇਪੀ ਨੇ ਆਰੋਪ ਲਗਾਇਆ ਹੈ ਕਿ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਗੰਭੀਰ ਹੈ ਅਤੇ ਉਹਨਾਂ ਦੇ ਕਾਰਜਕਰਤਾਵਾਂ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ। ਉਹਨਾਂ ਨੇ ਫਰਵਰੀ 2018 ਵਿੱਚ ਹੋਣ ਵਾਲੇ ਵਿਧਾਨ ਸਭਾ ਚੁਣਾਵ ਤੱਕ ਤ੍ਰਿਪੁਰਾ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਮੰਗ ਕੀਤੀ ਹੈ। ਮੰਗਲਵਾਰ ਨੂੰ ਮੁੰਬਈ ਵਿੱਚ ਸੀਨੀਅਰ ਐਕਟਰ ਅਤੇ ਫਿਲਮਕਾਰ ਸ਼ਸ਼ੀ ਕਪੂਰ ਨੂੰ ਮੁੰਬਈ ਪੁਲਿਸ ਨੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਵੇਲੇ ਤਿਰੰਗੇ ਵਿੱਚ ਲਪੇਟ ਕੇ 3 ਗਨਾਂ ਦੀ ਸਲਾਮੀ ਦਿੱਤੀ। ਸੋਮਵਾਰ ਨੂੰ 79 ਸਾਲ ਦੀ ਉਮਰ ਵਿੱਚ ਉਹਨਾਂ ਦਾ ਨਿਧਨ ਹੋ ਗਿਆ ਸੀ। ਬੀਜੇਪੀ ਸਾਂਸਦ ਸ਼ਤਰੂਗਨ ਸਿਨਹਾ ਨੇ ਐਲਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਯਸ਼ਵੰਤ ਸਿਨਹਾ ਵਰਗੇ ਸੀਨੀਅਰ ਨੇਤਾਵਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਲਈ ਪੀਐਮ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਆਲੋਚਨਾ ਕੀਤੀ। ਸਿਨਹਾ ਦਾ ਇਹ ਬਿਆਨ ਮੋਦੀ ਦੇ ਉਸ ਬਿਆਨ ਦੇ ਬਾਅਦ ਆਇਆ ਜਿਸ ਵਿੱਚ ਉਹਨਾਂ ਨੇ ਰਾਹੁਲ ਗਾਂਧੀ ਦੁਆਰਾ ਪਾਰਟੀ ਪੋਸਟ ਦੇ ਲਈ ਨਾਮਾਂਕਣ ਭਰਨ ਦੇ ਲਈ ਕਾਂਗਰਸ ਨੂੰ ਔਰੰਗਜ਼ੇਬ ਰਾਜ ਦਾ ਤਾਨਾ ਮਾਰਦੇ ਹੋਏ ਵਧਾਈ ਦਿੱਤੀ। ਮੰਗਲਵਾਰ ਨੂੰ ਭਾਰਤ ਨੇ ਆਪਣੇ ਫੇਵਰੇਟ ਹੋਣ ਦੇ ਟੈਗ ਨੂੰ ਯਥਾਰਥ ਕਰਦੇ ਹੋਏ ਸਭ ਤੋਂ ਪਹਿਲਾਂ ਸਾਊਥ ਏਸ਼ੀਅਨ ਰੀਜਨਲ ਬੈਡਮਿੰਟਨ ਟੂਰਨਾਮੈਂਟ ਵਿੱਚ ਨੇਪਾਲ ਨੂੰ 3-0 ਨਾਲ ਹਰਾ ਕੇ ਜਿੱਤ ਹਾਸਲ ਕਰ ਲਈ। ਨੇਪਾਲ ਨੇ ਸ਼ੁਰੂਆਤ ਚੰਗੀ ਕੀਤੀ ਸੀ ਅਤੇ ਪਹਿਲਾ ਗੇਮ 21 ਦੇ ਨਾਲ ਜਿੱਤ ਲਿਆ ਸੀ। ਗੂਗਲ ਨੇ ਬਹੁਤ ਸਾਰੇ ਇੰਡੀਆ ਫਸਟ ਪ੍ਰੋਡਕਟਸ ਅਤੇ ਫੀਚਰਸ ਦੀ ਘੋਸ਼ਣਾ ਕੀਤੀ ਹੈ। ਇਹਨਾਂ ਵਿੱਚੋਂ ਕੁਝ ਬਹੁਤ ਛੇਤੀ ਦੂਜੇ ਦੇਸ਼ਾਂ ਵਿੱਚ ਵੀ ਸ਼ੁਰੂ ਕੀਤੇ ਜਾਣਗੇ। ਗੂਗਲ ਨੇ ਹੁਣ ਐਂਟਰੀ ਲੈਵਲ ਸਮਾਰਟਫੋਨਸ ਉੱਤੇ ਧਿਆਨ ਕੇਂਦਰਿਤ ਕਰਕੇ ਅਗਲੇ ਅਰਬ ਭਾਰਤੀਆਂ ਨਾਲ ਜੁੜਨ ਦੀ ਆਪਣੀ ਪ੍ਰਤੀਬੱਧਤਾ ਨੂੰ ਮਜ਼ਬੂਤ ਕੀਤਾ ਹੈ। ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਕਿਹਾ ਹੈ ਕਿ ਉਹ ਖੁਸ਼ ਹੈ ਕਿ ਹੁਣ ਫਿਲਮਕਾਰ ਫਿਲਮ ਬਣਾਉਣ ਦੇ ਦਾਇਰੇ ਨੂੰ ਤੋੜ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਮੌਨਸੂਨ ਸ਼ੂਟਆਊਟ ਦਾ ਇੱਕ ਇੰਟਰੈਕਟਿਵ ਟ੍ਰੇਲਰ ਜਾਰੀ ਕੀਤਾ, ਜੋ ਕਿ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਣ ਵਾਲੇ ਫੈਸਲੇ ਲੈਣ ਦੀ ਕਹਾਣੀ ਉੱਤੇ ਆਧਾਰਿਤ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਕੈਨੇਡਾ ਦੀਆਂ ਮਹੱਤਵਪੂਰਨ ਖ਼ਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।